ਕੁਲਦੀਪ ਸਿੰਘ ਪਹਿਲਾਂ ਧਾਲੀਵਾਲ ਜੀ ਨੇ ਸਾਰੇ ਚੰਡੀਗੜ੍ਹ ਦੇ ਦੋਸਤਾਂ ਵਿੱਚ ਦਾ ਕਿਸਾਨੀ ਮੀਡੀਆ ਮੁੱਦਿਆਂ ਦਾ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਰੱਖੀ ਆ, ਚੰਡੀਗੜ੍ਹ ਆਓ ਤੋਂ ਦੇਖਦੇ ਹਾਂ ਕੀ ਕਹਿ ਰਹੇ ਆ ਕੁਲਦੀਪ ਸਾਰੇ ਸਿੰਘ ਧਾਲੀਵਾਲ। ਮੀਡੀਆ ਕਰਮੀ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਵੈਲਕਮ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੈਬਨਿਟ ਮੀਟਿੰਗ ਸੀਗੀ, ਹੁਣੇ ਹੀ ਕੈਬਨਿਟ ਖਤਮ ਹੋਈ ਹੈ। ਕੈਬਨਿਟ ਦੇ ਵਿੱਚ ਮੁੱਖ ਤੌਰ 'ਤੇ ਅੱਜ ਜਿਹੜੀਆਂ ਤੁਹਾਨੂੰ ਪਤਾ ਕਿ ਬੜੀ ਵੱਡੀ ਪੰਜਾਬ ਦੇ ਵਿੱਚ ਕੁਦਰਤ ਦੀ ਜਿਹੜੀ ਕਰੋਪੀ ਉਹਦੇ ਕਰਕੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਉਹਦੇ 'ਤੇ ਸੀਐਮ ਸਾਹਿਬ ਨੇ, ਅਸੀਂ ਸਾਰਿਆਂ ਨੇ ਚਰਚਾ ਕੀਤੀ ਪੂਰੇ ਪੰਜਾਬ ਬਾਰੇ, ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਕਿ ਕੀ ਕੁਛ ਹੋ ਰਿਹਾ। ਸੋ ਇੱਕ ਜਿਹੜਾ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਕੁਛ ਜਦੋਂ ਮੀਂਹ ਪਿਆ, ਜੋ ਕੁਛ ਜਿਹੜਾ ਸੀਐਮ ਸਾਹਿਬ ਨੇ ਅਨਾਊਂਸ ਕੀਤਾ ਸੀਗਾ, ਅਸੀਂ 13 ਤਰੀਕ ਨੂੰ ਵਿਸਾਖੀ ਤੋਂ ਇੱਕ ਦਿਨ ਪਹਿਲਾਂ 13 ਅਪ੍ਰੈਲ ਨੂੰ ਸੀਐਮ ਸਾਹਿਬ ਅਬੋਹਰ ਦੇ ਵਿੱਚ ਕਿਸਾਨਾਂ ਨੂੰ ਜਿਹੜੇ ਮੁਆਵਜ਼ੇ ਦੇ ਚੈੱਕ ਜਿਹੜੇ ਉਹ ਵੰਡਣਗੇ, ਉੱਥੇ ਅਸੀਂ ਵੱਡਾ ਫੰਕਸ਼ਨ ਕਰਾਂਗੇ। ਔਰ ਇਹ ਵੀ ਪਹਿਲੀ ਵਾਰ ਹੋਊਗਾ ਕਿ ਖਰਾਬ ਹੋਈਆਂ ਫਸਲਾਂ ਜਿਹੜੀਆਂ ਉਹ ਅਜੇ ਜ਼ਮੀਨ ਦੇ ਵਿੱਚ ਪੈਲੀਆਂ ਦੇ ਵਿੱਚ ਪਈਆਂ ਹੋਣਗੀਆਂ, ਉਹਦੇ ਤੋਂ ਪਹਿਲਾਂ ਮੁਆਵਜ਼ਾ ਜਿਹੜਾ ਉਹ ਕਿਸਾਨਾਂ ਦੇ ਖਾਤੇ ਵਿੱਚ ਆ ਜਾਊਗਾ। ਔਰ ਹੋਰ ਵੀ ਵੱਧ ਗੱਲ ਮੈਂ ਜਿਹੜੀ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਦੋਂ ਸੀਐਮ ਸਾਹਿਬ ਉੱਥੇ ਜਾਣਗੇ, ਉਦੋਂ ਚੈੱਕ ਜਿਹੜੇ ਕਿਸਾਨਾਂ ਦੇ ਖਾਤੇ 'ਚ ਪੈ ਗਏ ਹੋਣਗੇ। ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇੱਦਾਂ ਹੋ ਰਿਹਾ ਕਿ ਕਿਸਾਨਾਂ ਦੇ ਵਾਸਤੇ ਪੰਜਾਬ ਦੀ ਸਰਕਾਰ ਨੇ ਇੰਨਾ ਵੱਡਾ ਅਤੇ ਕਿਸਾਨਾਂ ਦੇ ਹਿੱਤਾਂ ਦਾ ਜਿਹੜਾ ਫੈਸਲਾ ਕੀਤਾ, ਕਿਉਂਕਿ ਸੀਐਮ ਸਾਹਿਬ ਦਾ ਇਹ ਮੰਨਣਾ ਪਹਿਲੇ ਦਿਨ ਤੋਂ ਹੀ ਕਿ ਜ਼ਖਮ ਹੋਣੇ ਹੋਣੀ ਮਲਮ ਲਾਉਣ ਦਾ ਫਾਇਦਾ, ਇਸ ਕਰਕੇ ਜ਼ਖਮ ਦੇ ਸਹੀ ਟਾਈਮ 'ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ 13 ਤਰੀਕ ਨੂੰ ਜਿਹੜੀ ਮਲਮ ਲਾਉਣਗੇ। ਔਰ ਜਿਉਂ ਜਿਉਂ ਜਿੰਨਾ ਵੀ ਰੋਜ਼ ਦਾ ਰੋਜ਼ ਮਤਲਬ ਜਿਉਂ ਜਿਉਂ ਮਤਲਬ ਗਰਦੌਰੀ ਦਾ ਰਿਕਾਰਡ ਆ ਜਾਊਗਾ, ਅਤੇ ਅਸੀਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਭ ਮੰਤਰੀਆਂ ਦੀ ਸੀਐਮ ਸਾਹਿਬ ਨੇ ਡਿਊਟੀ ਲਾਈ ਆ, ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ ਕਰਾਂਗੇ। ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਕਰਕੇ ਜਿਹੜੇ ਕਿਸਾਨਾਂ ਨੂੰ ਚੈੱਕ ਦੇਵਾਂਗੇ। ਦੂਜਾ, ਸੀਐਮ ਸਾਹਿਬ ਨੇ ਅੱਜ ਤੁਸੀਂ ਪੜ੍ਹਿਆ ਹੋਣਾ ਕਿ ਕੱਲ੍ਹ ਉਹਨਾਂ ਨੇ ਪੰਜਾਬ ਦੇ ਵੱਡੇ ਅਫਸਰਾਂ ਦੀ ਡਿਊਟੀ ਲਾਈ ਕੇ ਜਿਹੜੀ ਗਰਦੌਰੀ ਹੈ ਇਹਦੀ ਨਿਗਰਾਨੀ ਕੀਤੀ ਜਾਵੇ, ਇਹਦੇ 'ਚ ਜਲਦੀ ਕੀਤਾ ਜਾਵੇ, ਰਹਿ ਨਾ ਜਾਵੇ। ਅੱਜ ਉਹਨਾਂ ਨੇ ਸਾਡੀ ਡਿਊਟੀ ਮੰਤਰੀਆਂ ਦੀ, ਜਿਹੜੇ ਜਿਹੜੇ ਜ਼ਿਲ੍ਹੇ ਸਾਨੂੰ ਅਲਾਟ ਪਹਿਲਾਂ ਕੀਤੇ ਗਏ ਆ, ਉਹਨਾਂ ਜ਼ਿਲ੍ਹਿਆਂ ਵਿੱਚ ਡਿਊਟੀ ਲਾਈ ਹੈ ਕਿ ਜਾ ਕੇ ਮੌਕੇ 'ਤੇ ਦੇਖ ਕੇ ਜਿਹੜਾ ਜਲਦੀ ਤੋਂ ਜਲਦੀ ਮਤਲਬ ਜਿਹੜੀ ਗਰਦੌਰੀ ਹੈ ਉਹ ਹੋਵੇ, ਔਰ ਗਰਦੌਰੀ ਜਿਹੜੀ ਪਾਰਦਰਸ਼ਾ ਦੇ ਨਾਲ ਹੋਵੇ, ਲੋਕਾਂ ਦੇ ਸਾਹਮਣੇ ਹੋਵੇ। ਗਰਦੌਰੀ ਇੱਦਾਂ ਨਹੀਂ ਹੈ ਕਿ ਪਟਵਾਰੀ ਅੰਦਰ ਬਹਿ ਕੇ ਕਰੇ ਜਾਂ ਮਤਲਬ ਉਹ ਕਿਸੇ ਇੱਕ ਬੰਦੇ ਦੇ ਘਰ ਬੈਠ ਕੇ ਕਰ ਲਏ, ਪਬਲਿਕ ਦੇ ਵਿੱਚ ਬੈਠ ਕੇ, ਕਿਸਾਨਾਂ ਦੇ ਵਿੱਚ ਬੈਠ ਕੇ ਗਰਦੌਰੀ ਜਿਹੜੀ ਹੋਣੀ ਚਾਹੀਦੀ ਹੈ। ਸੋ ਸਾਨੂੰ ਲੱਗਦਾ ਕਿ 2-3 ਦਿਨ ਦੇ ਵਿੱਚ ਗਰਦੌਰੀ ਕੰਪਲੀਟ ਵੀ ਹੋ ਜੂਗੀ, ਹੋ ਸਕਦਾ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗ ਜਾਵੇ, ਇਸ ਕਰਕੇ ਲੱਗ ਜਾਵੇ ਕਿ ਕਈ ਪਟਵਾਰੀ ਸਾਡੇ ਇੱਦਾਂ ਦੇ ਆ ਜਿਨ੍ਹਾਂ ਕੋਲ 10 ਤੋਂ ਲੈ ਕੇ 15 ਪਿੰਡ ਦੇ 20 ਪਿੰਡ ਹੈ, ਔਰ ਇੱਕ ਪਿੰਡ ਦੇ ਵਿੱਚ 300 ਏਕੜ ਖਰਾਬ ਆ, 400 ਏਕੜ ਖਰਾਬ ਆ। ਕਈ ਪਿੰਡਾਂ ਦੇ ਵਿੱਚ ਮੈਂ ਕੱਲ੍ਹ ਗਿਆ ਗੁਰਦਾਸਪੁਰ ਦੇ ਵਿੱਚ 2800-2800 ਏਕੜ ਖਰਾਬ ਹੈ। ਸੋ ਪਟਵਾਰੀਆਂ ਨੂੰ ਟਾਈਮ ਲੱਗਦਾ, ਉਹ ਜਿਉਂ ਜਿਉਂ ਕਰੀ ਜਾਣਗੇ, ਰਿਪੋਰਟ ਭੇਜੀ ਜਾਣਗੇ, ਅਸੀਂ ਚੈੱਕ ਦੇਈ ਜਾਵਾਂਗੇ। ਪਰ ਮੈਨੂੰ ਲੱਗਦਾ ਕਿ ਅਪ੍ਰੈਲ ਤੱਕ, ਅਪ੍ਰੈਲ ਮਹੀਨੇ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਨ ਜਿਹੜੀਆਂ ਉਹ ਕਰ ਦਿਆਂਗੇ। ਇੱਕ ਕੈਬਨਿਟ ਨੇ ਜਿਹੜਾ ਫੈਸਲਾ ਕੀਤਾ ਉਹ ਸੈਂਟਰ ਗੌਰਮੈਂਟ ਨੂੰ, ਕੇਂਦਰ ਸਰਕਾਰ ਨੂੰ ਲਿਖਿਆ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਇਸ ਮੌਕੇ ਬਾਂਹ ਫੜਨ, ਜਿੱਦਾਂ ਅਸੀਂ ਕਰ ਰਹੇ ਹਾਂ ਕੇਂਦਰ ਸਰਕਾਰ ਵੀ ਕਰੇ, ਖਰੀਦ ਦੇ ਵਿੱਚ, ਕਣਕ ਦੀ ਖਰੀਦ ਦੇ ਵਿੱਚ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ, ਕਿਉਂਕਿ ਕਈ ਥਾਵਾਂ 'ਤੇ ਦਾਣਾ ਜਿਹੜਾ ਪਤਲਾ ਪੈ ਗਿਆ, ਕੋਈ ਥਾਵਾਂ 'ਤੇ ਦਾਣੇ ਦਾ ਰੰਗ ਵੀ ਬਦਲਿਆ। ਸੋ ਉਹ ਵੀ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਲਿਖਿਆ, ਕੱਲ੍ਹ ਵੀ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਪੰਜਾਬ ਵਿੱਚ ਆ ਕੇ ਵੱਖ ਵੱਖ ਥਾਵਾਂ 'ਤੇ ਦਾਣੇ ਜਿਹੜੇ ਆ ਉਹਨਾਂ ਦਾ ਅਨਾਲਿਸਿਸ ਕੀਤਾ, ਅਸੀਂ ਵੀ ਉਹਨਾਂ ਨੂੰ ਲਿਖਿਆ ਕਿ ਕੀ ਜਿਹੜੀ ਪ੍ਰੋਬਲਮ ਹੈ ਇਹਨੂੰ ਜਿਹੜਾ ਸੋਲਵ ਜਿਹੜਾ ਉਹ ਕੀਤਾ ਜਾਵੇ। ਸੋ ਅੱਜ ਜਿਹੜਾ ਮਤਲਬ ਤੁਹਾਨੂੰ ਇਹਦਾ ਹੀ
बस यही दसना सीगा कि सरकार जिहड़ी सरदार भगवंत सिंह मान जी मुख्यमंत्री पंजाब पंजाब के किसानों के नाल खड़े इस सरकार जिहड़ी पंजाब की खेती नूं बचाउणा चाहुंदी है। इस सरकार का मनना कि 72% लोग सीधे जां सीधे ढंग नाल खेती के नाल जुड़े है। किसी भी हालत के भावें साडे बस नहीं, एक कुदरत दीआं कलोपियां आउंदियां रहिंदियां, कदी हड़ आ गया कदी कुछ हो गया, भावें बंदे दे बस नहीं है पर साडे जो बस है सरकार है साडे बस है कि किसानां दे नाल ढाल बन के खड़ीए। सो असी वो ढाल बन के पंजाब की सरकार जिहड़ी उह खड़ी है और असी पंजाब दे किसान नूं किसी भी तरह डाउन नहीं होण देवांगे, पंजाब की खेती नूं किसी भी तरह पिछे नहीं जाण देवांगे। इस करके इस संकट के समय के अपनी सरकार जिहड़ी है वो मान साहब की अगवाई दे विच पूरे पंजाब दे विच जिथे जिथे भी नुकसान होया कोई चिंता करन दी लोड़ नहीं सर, हर बंदे की गरदौरी होगी, हर बंदे नूं मुआवजा मिलेगा, गरदौरी दे विच कोई गड़बड़ नहीं होगी। अफसरां दा ड्यूटी लाई है, जे किते तुहानूं लगदा कि किते कोई गड़बड़ आ अपने डी साहब नाल संपर्क करो, जिहड़े अधिकारी लाए उन्हां नाल संपर्क करो, साडे नाल संपर्क करो, असीं किते कोई गड़बड़ नहीं हो देवांगे। सो अज कैबिनेट दे जिहड़ा फैसला किया अज मेन साडी कैबिनेट का यही सीगा कि की हालात ने किदां उही सारियां चीज़ां जिहड़ियां वो चर्चा की है। सर देखो जिहड़ा नुकसान है, मैं खुद किसान है, मेरी 2 किले जमीन खराब होगी, 2 किले कणक खराब होगी, सरकारां दी की ड्यूटी, सरकारां दी ड्यूटी है कि इस सौखे टाइम पर वो किसानों की बांह फड़न। पहली सुनो तुम, जे कभी तुम ये सोचते हो कि 100% सरकार वो पूर्ति कर दे, पंजाब नहीं किसी भी सरकार के बस की गल नहीं होंगी, साडा हुंदा कि जिन्नी अभी वध तो वध मत कर सकते हैं वो मत असी करिए, वो मत असी कर रहे हैं। और तुहानूं पता असी पहलां डिसाइड किया कि ऐरक अं कोऑपरेटिव बैंकों दी किस्तां जिहड़ियां वो भी नहीं, मतलब 6 महीने लिए डिले करती कि इन्हों लेट कर दो, किसान जरा कोई मुश्किल का सामना ना करना। नहीं 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 कोई इदा की गल नहीं, देखो एक गल की है कि कणक डेपी कणक लंबे पै गई, खेत लंबे पै गए, जेडे अफसर है वो उत्तों सिट्टे वेंदे कि सिट्टा जिहड़ा जी ठीक लगता वेखण नूं ठीक लगता, पर जदों तुसीं थल्लों सिट्टे नूं फड़दे हो उहदे थल्ले उल्ली लग गई, वो तूड़ी दे जोग नहीं रहा नार जिहड़ा। असीं अधिकारियों नूं कह रहे हैं कि यार तुसीं इहनूं जदों लिखणा किसान दा पूरा जो दा हक बनता जिन्नी उहदी फसल खराब हुई है फिर आपां उत्तों वेख के कहीए कि यार सिट्टे ठीक ने, पर जदों नूं आपां हटाउंदे आ उहदा सर थल्लों दाणे भी बदले पै गए, दाणे काले भी हो गए ते थल्ले उल्ली भी लग गई, थल्ले बो आउण लग गई। इस करके कहा कि नहीं यार इन टोटल देखो जिन्ना भी बनता सर 60% बनता 50 बनता 70 बनता, मुख की गल है कि किसान नूं किस तरह घाटा ना पवे जी। धालीवाल साहब जिहड़ी मंडियां च फसल आ रही है उसनूं लैके किस तरीके दीआं तैयारियां? नहीं वो बिल्कुल तैयारियां, और मैं तुहाडे थ्रू कहना चाहुंदा कि पंजाब विच जिद्दां असीं झोने दे मौके किसानां नूं कोई मुश्किल नहीं आउण दित्ती, 12 घंटिया के कणक जी चुकी सी झोना चुकया सीगा, 24 घंटिया पेमेंट की 48 घंटिया लिफ्टिंग की सी, कणक भी उस तरह असी वधिया ढंग नाल चुकांगे, किसानां नूं बिल्कुल ऐ मतलब जिहड़ा खुले मन नाल मंडी दे विच आउणा चाहीदा, पंजाब सरकार दे प्रबंध जिहड़े पूरे कीते आ ਕਿਤੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਂਦਾ ਕਿ ਭਾਵੇਂ ਤੋਂ ਬਦਲੇ। ਸਾਹਿਬ ਇਹ ਬਿਕਰਮਜੀਤ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਪਾਰਟੀ ਦੇ ਵੱਲੋਂ ਸਿਆਸੀ ਚਲਾਨ ਪੇਸ਼ ਕੀਤੇ ਜਾ ਰਹੇ ਨੇ ਜਿਹੜੇ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਹੋ ਰਹੇ ਨੇ। ਜਦ ਪੰਜਾਬ ਦੇ ਕਿਸਾਨਾਂ ਦਾ ਕਿੰਨਾ ਨੁਕਸਾਨ ਹੋ ਗਿਆ, ਕਿਸ ਬੰਦੇ ਦਾ ਨਾਂ ਲੈਣ ਦੇ ਤੁਸੀਂ, ਜਦ ਥੋੜਾ ਜਿਹਾ ਕੰਮ ਦੇ ਸਹੀ ਕਰਿਆ ਕਰੋ। ਆਪਾਂ ਮਤਲਬ ਮਜੀਠੀਆ ਕੀ ਹੈ ਜੀ ਦੱਸੋ, ਮਜੀਠੀਆ ਕੀ ਦੱਸਿਓ ਜੀ, ਕੀ ਆ ਮਜੀਠੀਆ ਦੱਸੋ ਯਾਰ, ਪੰਜਾਬ ਦੇ ਕਿਸਾਨਾਂ ਦਾ ਇਸ਼ੂ ਆ, ਤੁਸੀਂ ਮਜੀਠੀਆ ਵਿੱਚ ਵਾੜਦੇ ਆ ਯਾਰ, ਉਹ ਛੱਡੋ ਯਾਰ, ਹੋਰ ਕਿਆ ਬੰਦੇ ਦਵਾੜੋ। ਜਿੰਨਾ ਵੇਖੋ
मैडम जिन्ना भी हो असी जिन्ना भी होगा उन्ना मुआवजा जरा हिसाब ना सब देंगे भावे जो मर्जी हो बिल्कुल चिट्ठी लिखी हाँ जी बिलकुल करूंगा जी कोई चक्कर नहीं कल सेंटर दी टीमां ने सैंपल लै लिया उन्होंने सेंटर बिलकुल हेल्प करूंगा कोई ऐदा दी कोई गल नहीं वधिया टाई अप है सेंटर दे नाल कोई ऐदा नहीं कणक ही होना आई है देखो पैलियां दे अजे पानी खड़ा बड़ी बुरी हालत है कणक ही होना आई है आई तो खरीद आप शुरू कर देखो गोदामा च की खत्म हो गई है कहते दो टन ही बची है और सीधी डिलीवरी बाकी लोग यूपी जे पंजाब की सरकार दिखाऊगी क्या चको जी असीं आ 20 दिन दे विच मुआवजा देता असीं बाकी बाकी देश भी मैसेज देना चाहुंदे कि बाकी सरकारां भी देश दे किसानां दी बांह फड़न हाँ इस करके प्रोग्राम करांगे सर मुख दी गल इह आ कि जो किसानां दा नुकसान होया सरकार उहदा मुआवजा हर हालत दूगी और फसल अजे चुकी नहीं जिहड़ी गल मैं तुहानूं कह रिहा इह पहली वार हो रही हिस्ट्री दे विच कि फसल अजे उत्थे आ मुआवजा अगे अगे आ अगे 6-6 महीने साल साल पिछे पिछे होंदा ये गल नूं तुसीं नोट करो कि सरकार कितना वधिया काम कर रही सीएम साहब कहंदे सी कि मुआवजा असीं अगर जल्दी सेंटर भी करेगी तां भी अपने कोलों करके दवांगे आगे किन्ना कु डिसाइड होया क्योंकि कौन कहते सीएम साहब ने कहा सी अही कर रहे हो कौन कर रहे नहीं सेंटर दी गल नहीं कर रहे क्यों कर रहे हो तुसीं सेंटर नूं करना ही आला मर जांदे धन्यवाद तुहाडा सारिआं दा बहुत